ਸਟਾਰਟ ਲੋਕਾਂ ਨੂੰ ਅਤੇ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ ਲਈ ਮੋਟਰਾਂ, ਗੱਡੀਆਂ, ਬੱਸਾਂ, ਟਰੱਕਾਂ ਤੇ ਹਵਾਈ ਜਹਾਜ਼ਾਂ ਦੀ ਲੋੜ ਪੈਂਦੀ ਹੈ। ਡੰਡੀ ਇਹ ਮਨੁੱਖ ਅਤੇ ਮਾਲ ਲਈ ਯਾਤਰਾ ਦੇ ਸਾਧਨ ਹਨ। ਡੰਡੀ ਇਹਨਾਂ ਸਾਧਨਾਂ ਰਾਹੀਂ ਦੇਸ਼ ਵਿੱਚ ਵਸਤਾਂ ਦਾ ਵਪਾਰ ਹੁੰਦਾ ਹੈ। ਡੰਡੀ ਇਸ ਤਰ੍ਹਾਂ ਆਵਾਜਾਈ ਅਤੇ ਵਪਾਰ ਦੇਸ਼ ਅੰਦਰ ਆਰਥਿਕ ਵਿਕਾਸ ਨੂੰ ਵੀ ਤੇਜ਼ ਕਰਦੇ ਹਨ। ਡੰਡੀ ਇਹ ਸਾਧਨ ਕਿਸੇ ਦੇਸ਼ ਅੰਦਰ ਲਹੂ ਦੀਆਂ ਨਾੜੀਆਂ ਦਾ ਕੰਮ ਕਰਦੇ ਹਨ। ਡੰਡੀ ਇਹ ਉਹ ਸਾਧਨ ਹਨ ਜਿਨ੍ਹਾਂ ਉੱਤੇ ਦੇਸ਼ ਵਾਸੀਆਂ ਦਾ ਵਿਕਾਸ ਨਿਰਭਰ ਕਰਦਾ ਹੈ। ਡੰਡੀ ਇਹਨਾਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਪੁੱਜਣਾ ਵੀ ਆਸਾਨ ਹੋ ਜਾਂਦਾ ਹੈ। ਡੰਡੀ ਇਹਨਾਂ ਦੀ ਸਹਾਇਤਾ ਨਾਲ ਕੱਚਾ ਮਾਲ ਕਾਰਖਾਨਿਆਂ ਤੱਕ ਆਸਾਨੀ ਨਾਲ ਪਹੁੰਚ ਸਕਦਾ ਹੈ ਅਤੇ ਕਾਰਖਾਨਿਆਂ ਵਿੱਚੋਂ ਨਿਕਲਦਾ ਸਮਾਨ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ। ਡੰਡੀ ਦੇਸ਼ ਦੀ ਸੁਰੱਖਿਆ ਲਈ ਇਹ ਸਾਧਨ ਬੜੇ ਜ਼ਰੂਰੀ ਹੁੰਦੇ ਹਨ। ਡੰਡੀ ਰੇਲ ਆਵਾਜਾਈ ਦਾ ਸਸਤਾ ਅਤੇ ਉਪਯੋਗੀ ਸਾਧਨ ਹੈ। ਡੰਡੀ ਵੱਡੀਆਂ ਵੱਡੀਆਂ ਅਤੇ ਭਾਰੀਆਂ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਲਈ ਜਾਂ ਮੁਸਾਫਰਾਂ ਦੀ ਬਹੁਤ ਜ਼ਿਆਦਾ ਗਿਣਤੀ ਨੂੰ ਢੋਣ ਲਈ ਰੇਲਾਂ ਹੀ ਸਸਤੀਆਂ ਅਤੇ ਸਹਾਈ ਹੁੰਦੀਆਂ ਹਨ। ਡੰਡੀ ਸਾਰੇ ਭਾਰਤ ਵਿੱਚ ਹੀ ਰੇਲ ਮਾਰਗਾਂ ਦਾ ਇੱਕ ਜਾਲ ਜਿਹਾ ਵਿਛਿਆ ਹੋਇਆ ਹੈ। ਡੰਡੀ ਭਾਰਤੀ ਰੇਲ ਮਾਰਗਾਂ ਦੀ ਲੰਬਾਈ ਏਸ਼ੀਆ ਮਹਾਦੀਪ ਵਿੱਚ ਸਭ ਤੋਂ ਵੱਧ ਹੈ ਅਤੇ ਸੰਸਾਰ ਵਿੱਚ ਇਹ ਚੌਥੇ ਨੰਬਰ ਤੇ ਹੈ। ਡੰਡੀ ਭਾਰਤ ਵਿੱਚ ਆਵਾਜਾਈ ਦਾ ਮੁੱਖ ਸਾਧਨ ਰੇਲ ਹੀ ਹੈ, ਪਰ ਜਿੱਥੇ ਕਿਤੇ ਰੇਲ ਨਹੀਂ ਪਹੁੰਚ ਸਕਦੀ ਉੱਥੇ ਸੜਕ ਪਹੁੰਚ ਜਾਂਦੀ ਹੈ। ਡੰਡੀ ਦੂਰ ਦੁਰਾਡੇ ਅਤੇ ਪਹਾੜੀ ਇਲਾਕਿਆਂ ਨੂੰ ਵੀ ਸਾਰੇ ਦੇਸ਼ ਨਾਲ ਜੋੜਨ ਵਿੱਚ ਸੜਕਾਂ ਦਾ ਵਿਸ਼ੇਸ਼ ਹਿੱਸਾ ਹੈ। ਡੰਡੀ ਅਸਲ ਵਿੱਚ ਸੜਕਾਂ ਰੇਲ ਮਾਰਗ ਲਈ ਇੱਕ ਜੋੜ ਦਾ ਕੰਮ ਕਰਦੀਆਂ ਹਨ। ਡੰਡੀ ਇਹਨਾਂ ਰਾਹੀਂ ਨਿੱਕੇ ਨਿੱਕੇ ਪਿੰਡਾਂ ਦਾ ਸਮਾਨ ਸਟੇਸ਼ਨਾਂ ਤੱਕ ਪਹੁੰਚ ਸਕਦਾ ਹੈ। ਡੰਡੀ ਪਹਿਲਾਂ ਪਹਿਲ ਬਹੁਤ ਸੜਕਾਂ ਕੱਚੀਆਂ ਹੀ ਸਨ, ਪਰ ਹੁਣ ਬਹੁਤੇ ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਮਿਲਾ ਦਿੱਤਾ ਗਿਆ ਹੈ। ਡੰਡੀ ਕੁਝ ਵੱਡੀਆਂ ਸੜਕਾਂ ਵੀ ਹਨ ਜਿਨ੍ਹਾਂ ਨੂੰ ਹੋਰ ਚੌੜਿਆਂ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਵੱਧਦੀ ਆਵਾਜਾਈ ਦੇ ਭਾਰ ਨੂੰ ਸੰਭਾਲ ਸਕਣ। ਡੰਡੀ ਸੜਕਾਂ ਨੂੰ ਸੁੰਦਰ ਤੇ ਆਕਰਸ਼ਿਤ ਬਣਾਇਆ ਜਾ ਰਿਹਾ ਹੈ ਅਤੇ ਇਹਨਾਂ ਦੇ ਆਲੇ ਦੁਆਲੇ ਰੁੱਖ ਲਗਾ ਕੇ ਮੁਸਾਫਰਾਂ ਦੇ ਸਫ਼ਰ ਨੂੰ ਸੁਹਾਣਾ ਅਤੇ ਸੁਖਦਾਈ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਡੰਡੀ ਆਵਾਜਾਈ ਅਤੇ ਸਮਾਨ ਦੀ ਢੋਆ ਢੁਆਈ ਲਈ ਨਦੀਆਂ ਅਤੇ ਸਾਗਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਡੰਡੀ ਹਵਾਈ ਮਾਰਗ ਵੀ ਆਵਾਜਾਈ ਦਾ ਮਹੱਤਵਪੂਰਨ ਅੰਗ ਹੈ। ਡੰਡੀ ਸਮੁੱਚੇ ਤੌਰ ਤੇ ਆਵਾਜਾਈ ਦੇ ਇਹ ਸਾਧਨ ਕਿਸੇ ਦੇਸ਼ ਦੀ ਉੱਨਤੀ ਲਈ ਜੀਵਨ ਰੇਖਾਵਾਂ ਦਾ ਕੰਮ ਕਰਦੇ ਹਨ। ਡੰਡੀ